ਮੈਡੀਕਲ ਕੈਂਪ ਸਿਹਤ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ਸੀ ਸ਼ਾਹਕੋਟ ਹਲਕਾ ਸੁਲਤਾਨਪੁਰ ਲੋਧੀ ਜਿਹੜੇ ਪਿੰਡ ਬੜੇ ਪੂਰੀ ਤਰ੍ਹਾਂ ਡੁੱਬ ਚੁੱਕੇ ਆ, ਜਿੱਥੇ ਹਜੇ ਵੀ ਅਸੀਂ ਉਸ ਦਿਨ 26 ਤਰੀਕ ਨੂੰ ਮੈਂ ਖੁਦ ਜਾ ਕੇ ਆਇਆ ਜਿੱਥੇ ਸੰਤ ਫੀਤੇਵਾਲ ਸਾਹਿਬ ਗਿਆਨੀ ਪਿੰਡ ਹੈਗਾ ਅਤੇ ਤਕਰੀਬਨ 600 ਫੁੱਟ ਦੇ ਕਰੀਬ ਪਹਾੜ ਪਿਆ ਹੈ। ਸੰਤ ਫੀਤੇਵਾਲ ਸਾਹਿਬ ਆਪਣੇ ਸੇਵਕਾਂ ਨੂੰ ਸੰਗਤ ਨੂੰ ਨਾਲ ਲੈ ਕੇ ਉਸ ਪਹਾੜ ਨੂੰ ਭਰਨ ਲਈ ਦਿਨ ਰਾਤ ਲੱਗੇ ਹੋਏ ਆ। ਐਂਡ 5 ਜਗ੍ਹਾ ਤੋਂ ਦੁਆਬੇ ਦੇ ਅੰਦਰ 2 ਜਗ੍ਹਾ ਤੋਂ 20 ਅਤੇ 3 ਜਗ੍ਹਾ ਤੋਂ 7 ਕੋਈ ਉੱਥੇ ਪ੍ਰਬੰਧ ਸਰਕਾਰ ਦਾ ਨਹੀਂ, ਸਿਰਫ 3 ਫੌਜੀ ਲੱਗੇ ਹੋਏ ਸੀਗੇ ਜਿੱਥੇ ਸੰਤ ਫੀਤੇਵਾਲ ਸਾਹਿਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਦੇ ਨਾਲ ਉਸ ਪੁਲ ਨੂੰ ਮਿੱਟੀ ਦੀਆਂ ਬੋਰੀਆਂ ਭਰ ਕੇ ਬੰਦ ਕਰਨ ਦਾ, ਪਹਾੜ ਨੂੰ ਬੰਦ ਕਰਨ ਦਾ ਯਤਨ ਕਰ ਰਿਹਾ। ਉੱਥੇ ਸਿਰਫ 3 ਫੌਜ ਦੇ ਬੰਦੇ ਲੱਗੇ ਸੀ ਜਵਾਨ, ਹੋਰ ਕੋਈ ਉੱਥੇ ਪ੍ਰਸ਼ਾਸਨਿਕ ਸਿਵਲ ਅਧਿਕਾਰੀ, ਕੋਈ ਪੁਲਿਸ, ਕੋਈ ਫੌਜ, ਕੋਈ ਕੁਛ ਨਹੀਂ। ਦੂਜੇ ਪਾਸੇ ਸਿਹਤ ਸਹੂਲਤਾਂ ਦੇ ਨਾਮ ਦੇ ਉੱਤੇ ਮੈਂ DC ਜਲੰਧਰ ਨੂੰ ਪੁੱਛਿਆ ਕਿ ਸਿਹਤ ਸਹੂਲਤਾਂ, ਹਾਂਜੀ ਬਸ ਆਉਂਦੀਆਂ ਜਾਂਦੀਆਂ ਨੇ। ਸੋ 26 ਤਰੀਕ ਤੋਂ ਲੋਕ ਇਨਸਾਫ਼ ਪਾਰਟੀ ਵੱਲੋਂ ਪਰਮਾਨੈਂਟ ਸਮੇਤ ਦਵਾਈਆਂ, ਸਮੇਤ ਟੈਸਟ, ਸਮੇਤ ਲੁਧਿਆਣਾ ਤੋਂ MBBS ਡਾਕਟਰਾਂ ਦੀ ਟੀਮ, ਹੜ੍ਹ ਪੀੜਿਤ ਲੋਕਾਂ ਦੀ ਸਿਹਤ ਸਹੂਲਤ ਨੂੰ ਲੈ ਕੇ ਉੱਥੇ ਤੈਨਾਤ ਹੋਈ ਹੋਈ ਆ। ਅਤੇ ਅੱਜ ਅਸੀਂ ਮੋਬਾਈਲ ਹੋਸਪਿਟਲ ਦੀ ਸ਼ੁਰੂਆਤ ਕੀਤੀ, ਉੱਥੇ ਦੇਖਿਆ ਪਿੰਡ ਹੈਗੇ ਆ 600, 700, 800 ਆਬਾਦੀ ਵਾਲੇ ਛੋਟੇ ਪਿੰਡ ਆ, ਐਂਡ ਫਾਸਲਾ ਬੜੀ ਦੂਰ ਆ, ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਸੀ। ਇਸ ਕਰਕੇ ਅੱਜ ਅਸੀਂ ਮੋਬਾਈਲ ਹੋਸਪਿਟਲ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਹਰ ਪਿੰਡ ਦੇ ਵਿੱਚ ਇਹ ਮੋਬਾਈਲ ਹੋਸਪਿਟਲ ਜਾਏਗਾ, ਜਿਹਦੇ ਵਿੱਚ ਬਲੱਡ ਟੈਸਟਾਂ ਦਾ ਇੰਤਜ਼ਾਮ, ਡਾਕਟਰ ਸਾਹਿਬਾਨ, ਦਵਾਈਆਂ, ਅਤੇ ਨਾਲ ਅੱਜ ਤੋਂ ਅਸੀਂ ਵੈਟਨਰੀ ਡਾਕਟਰ ਪਸ਼ੂਆਂ ਵਾਸਤੇ, ਕਿਉਂਕਿ ਲੰਬੇ ਸਮੇਂ ਤੋਂ ਇਨਸਾਨ ਤਾਂ ਕੋਠਿਆਂ 'ਤੇ ਚੜ੍ਹ ਗਏ, ਛੱਤਾਂ 'ਤੇ ਚਲੇ ਗਏ ਜਾਂ ਸੇਫ ਜਗ੍ਹਾ 'ਤੇ ਚਲੇ ਗਏ, ਜਿਹੜੇ ਪਸ਼ੂ ਮਾਲ ਡੰਗਰ ਹੈਗਾ ਉਹ ਪਾਣੀ ਦੇ ਵਿੱਚ ਖੁਰ ਗਲ ਕੇ ਉਹਨਾਂ ਦੇ ਚਮੜੀ ਦੀਆਂ ਬਿਮਾਰੀਆਂ, ਅਤੇ ਅੱਜ ਅਸੀਂ ਨਾਲ 2 ਵੈਟਨਰੀ ਡਾਕਟਰ ਅਤੇ ਨਾਲ ਵੈਟਨਰੀ ਮੈਡੀਸਨ ਉਹਨਾਂ ਦਾ ਬੰਦੋਬਸਤ ਵੀ ਅਸੀਂ ਕਰਕੇ ਆ ਜਿਹੜਾ ਇਸ ਇਲਾਕੇ ਦੇ ਵਿੱਚ ਜਾ ਰਿਹਾ। ਮੇਰੀ ਸਾਰੇ ਜਗਤ 'ਤੇ ਵੱਸਦੇ ਪੰਜਾਬੀ ਵੀਰਾਂ ਨੂੰ, ਦਾਨੀ ਸੱਜਣਾਂ ਨੂੰ ਸੁਨਿਮਰ ਬੇਨਤੀ ਹੈ, ਮੰਦਰ ਅਤੇ ਗੁਰਦੁਆਰਾ ਮਾਨਵਤਾ ਦੀ ਸੇਵਾ ਸਾਰੇ ਜਾਣੇ ਜਿੰਨਾ ਤੁਸੀਂ ਕਰ ਸਕਦੇ ਹੋ। ਹੁਣ ਉੱਥੇ ਲੰਗਰਾਂ ਦੀ ਜ਼ਰੂਰਤ ਨਹੀਂ ਹੈਗੀ, ਉੱਥੇ ਚਾਰੇ ਦੀ, ਤੂੜੀ ਦੀ ਨਹੀਂ ਜ਼ਰੂਰਤ, ਇਹਨਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਪਹੁੰਚ ਚੁੱਕਿਆ, ਅਸੀਂ ਦੇਖ ਕੇ ਆਏ ਹਾਂ, ਕਿਸੇ ਲੰਗਰ ਜਾਂ ਪਸ਼ੂਆਂ ਲੰਗਰਾਂ ਦੇ ਚਾਰੇ ਦੀ ਜ਼ਰੂਰਤ ਨਹੀਂ। ਹੁਣ ਉੱਥੇ ਜ਼ਰੂਰਤ ਹੈਗੀ ਆ ਸਭ ਤੋਂ ਵੱਡੀ ਪੈਸੇ, ਉਹ ਕਿਸਾਨ ਜਿਨ੍ਹਾਂ ਦੇ ਘਰ ਢੱਠ ਗਏ, ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ, 3-3, 4-4 ਫੁੱਟ ਸਿਲਟ ਆ ਕੇ ਖੇਤਾਂ ਦੇ ਵਿੱਚ ਗਾਰ ਜੰਮ ਗਈ, ਮਾਲ ਡੰਗਰ ਮਰ ਗਿਆ, ਜਿਨ੍ਹਾਂ ਦਾ ਪੈਸੇ ਦੀ ਜ਼ਰੂਰਤ ਹੈ। ਅਤੇ ਦੂਸਰਾ ਉੱਥੇ ਮਿੱਟੀ ਦੀਆਂ ਭਰੀਆਂ ਹੋਈਆਂ ਬੋਰੀਆਂ ਦੀ ਦੋਸਤੋ ਜ਼ਰੂਰਤ ਆ, ਮਤਲਬ ਕਿ ਧਨ ਸੇਵਾ ਦੀ ਜ਼ਰੂਰਤ ਹੈ। ਜਿੰਨੇ ਪੰਜਾਬ ਦੇ ਨੌਜਵਾਨ ਦੂਸਰੇ ਜ਼ਿਲ੍ਹਿਆਂ 'ਚ ਬੈਠੇ ਆ, ਮੇਰੀ ਸਾਰੇ ਨੌਜਵਾਨ ਵਰਗ ਨੂੰ ਅਪੀਲ ਹੈ, ਆਪੋ ਆਪਣੀ ਟਰਾਲੀ ਦੇ ਵਿੱਚ ਮਿੱਟੀ ਦੀਆਂ ਬੋਰੀਆਂ ਭਰ ਦਿਓ, ਸੀਮੈਂਟ ਵਾਲੀਆਂ ਖਾਲੀ ਬੋਰੀਆਂ ਭਰ ਕੇ ਇੱਕ ਟਰਾਲੀ ਦੇ ਵਿੱਚ ਮੇਰਾ ਖਿਆਲ 300-400 ਬੋਰੀ ਆ ਜਾਂਦੀ ਹੈ। ਬਹੁਤ ਵੱਡੀ ਗਿਣਤੀ ਆ, ਸੰਗਤ ਪਹੁੰਚ ਰਹੀ ਆ, ਪਰ ਅਜੇ ਵੀ ਘਾਟ ਮਹਿਸੂਸ ਹੋ ਰਹੀ ਹੈ। ਮਿੱਟੀ ਦੀਆਂ ਬੋਰੀਆਂ ਭਰ ਕੇ ਚੱਲੋ ਅਤੇ ਧਨ ਸੇਵਾ ਵਾਸਤੇ 24 ਘੰਟੇ ਉਸ ਪਾੜ ਨੂੰ ਪੂਰਨ ਵਾਸਤੇ ਸੰਤ ਫੀਤੇਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਸੰਗਤ ਲੱਗੀ ਹੋਈ ਆ। ਅਤੇ ਦੋਸਤੋ ਤੁਸੀਂ ਵੀ ਜ਼ਰੂਰ ਜਾ ਕੇ ਪੰਜਾਬ ਦੇ ਅੰਦਰ ਜਿਹੜਾ ਬਹੁਤ ਵੱਡੀ ਭਿਆਨਕ ਤ੍ਰਾਸਦੀ ਹੈਗੀ ਉਹਦੇ ਵਾਸਤੇ। ਔਰ ਦੂਸਰੀ ਮੇਰੀ ਸਰਕਾਰ ਨੂੰ ਅਪੀਲ ਹੈ, ਮੈਂ ਬਿੱਟੂ ਜੀ ਦਾ ਤਾਂ MP ਸਾਹਿਬ ਦਾ ਰਿਣੀ ਆ, ਧੰਨਵਾਦੀ ਆ, ਉਹਨਾਂ ਨੇ ਸਟੇਟਮੈਂਟ ਦਿੱਤਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਆ, ਕਿਵੇਂ ਸਾਨੂੰ ਮਿਲਣੀ ਚਾਹੀਦੀ, ਉਹਨਾਂ ਦਾ ਥੈਂਕ ਯੂ। ਐਂਡ ਮੈਂ ਉਹਨਾਂ ਦੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂ ਕਿ ਬਜਾਏ ਕੇਂਦਰ ਦੇ ਕੋਲੇ ਇਹ ਹੜ੍ਹ ਫੇਰ ਵੀ ਆਉਣੇ ਆ, ਪਿਛੋਕੜ ਦੇ ਵਿੱਚ ਆਏ ਆ, ਭਵਿੱਖ ਦੇ ਵਿੱਚ ਵੀ ਆਉਣੇ ਆ, ਬਜਾਏ ਇਸ ਗੱਲ ਨੂੰ ਕਿ ਆਪਾਂ
ਭੀਖ ਮੰਗਣ ਸਮਾਨ ਕੇਂਦਰ ਦੇ ਕੋਲੇ ਜਾਈਏ, ਜਿਹੜਾ ਪੰਜਾਬ ਦਾ ਇੱਕ ਕਾਨੂੰਨੀ ਰਾਈਟ ਹੈ ਪਾਣੀ ਦੀ ਕੀਮਤ ਵਸੂਲ ਕਰਨਾ, ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਹੋ ਚੁੱਕੇ ਕਾਨੂੰਨ ਬਣ ਚੁੱਕਿਆ, ਔਰ ਉਹ ਪਾਸ ਹੋ ਚੁੱਕੇ ਅਨੁਸਾਰ ਰਾਜਸਥਾਨ ਇਕੱਲੇ ਕੋਲੋਂ 16 ਲੱਖ ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਸੂਲੀ। ਸੋ ਮੇਰੀ ਅਪੀਲ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਕਿ ਪਾਣੀ ਦੀ ਕੀਮਤ ਦਾ ਤੁਰੰਤ ਬਿੱਲ ਬਣਾ ਕੇ ਭੇਜੋ। ਇਹ ਦਰਿਆਵਾਂ ਦੇ ਪਾਣੀ ਨਾਲ ਨੁਕਸਾਨ ਪੰਜਾਬ ਦਾ, ਤੇ ਇਸ ਕੁਦਰਤੀ ਤੌਰ ਤੋਂ ਵਗਦੇ ਪਾਣੀ ਚੋਂ ਨਹਿਰਾਂ ਬਣਾ ਕੇ ਗੁਆਂਢੀ ਸੂਬਿਆਂ ਨੂੰ ਦਿੱਤੀਆਂ, ਤੇ ਕਾਨੂੰਨ ਰਾਈਟ ਹੈ ਸਾਡਾ ਕਿ ਅਸੀਂ ਉਸ ਪਾਣੀ ਦੀ ਕੀਮਤ ਵਸੂਲ ਕਰ। ਸੋ ਮੈਂ ਆਸ ਕਰੂੰਗਾ ਵੀ ਇਹ ਹੌਲੀ ਹੌਲੀ, ਜਿਵੇਂ ਸਤਿਕਾਰਯੋਗ ਐਮ ਪੀ ਸਾਹਿਬ ਨੇ ਬੜਾ ਵੱਡਾ ਬੋਲਡ ਸਟੇਟਮੈਂਟ ਦਿੱਤਾ, ਬਾਕੀ ਲੀਡਰਸ ਵੀ ਇਸ ਪਾਸੇ ਤੁਰ ਕੇ, ਇਹ ਮੇਰਾ ਸਾਡੀ ਇਕੱਲੀ ਪਾਰਟੀ ਦਾ ਨਹੀਂ ਹੈਗਾ, ਮੇਰਾ ਨਹੀਂ ਹੈਗਾ, ਇਹ ਪੰਜਾਬ ਦੇ ਅੰਦਰੋਂ ਕੰਗਾਲੀ ਦਾ ਦੌਰ ਸਮਾਪਤ ਕਰਨ ਵਾਸਤੇ ਸਿਰਫ ਇੱਕੋ ਹੀ ਰਸਤਾ ਸਾਡੇ ਕੋਲ ਬਚਦਾ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਿਵੇਂ ਕਰ ਸਕਦੇ ਹਾਂ, ਅਸੀਂ ਪੰਜਾਬ ਦੇ ਕਿਸਾਨ ਨੂੰ ਕਰਜ਼ੇ ਦੀ ਪੰਡ ਤੋਂ ਮੁਕਤੀ ਕਿਵੇਂ ਦਿਲਾ ਸਕਦੇ ਹਾਂ। ਇੱਕੋ ਹੀ ਰਸਤਾ ਸਾਡੇ ਕੋਲ ਕਿ ਅਸੀਂ ਪਾਣੀ ਦੀ ਕੀਮਤ ਵਸੂਲੀ ਵਾਲੇ ਰਸਤੇ ਦੇ ਤੁਰ ਕੇ। ਸੋ ਅੱਜ ਅਸੀਂ ਜਿਹੜਾ ਮੋਬਾਈਲ ਹੋਸਪਿਟਲ ਦਾ ਇੰਤਜ਼ਾਮ ਹੈਗਾ, ਗੁਰੂ ਕਿਰਪਾ ਕਰੇ ਜਿੰਨੇ ਦਿਨ ਉੱਥੇ ਜ਼ਰੂਰਤ ਹੈ, ਕੋਈ ਨਹੀਂ ਹੈਗਾ ਵੀ ਅਸੀਂ ਇਹ ਮੋਬਾਈਲ ਹੋਸਪਿਟਲ ਜਿਹੜਾ ਕੋਈ ਹਫ਼ਤੇ ਵਾਸਤੇ ਆ ਜਾਂ 10 ਦਿਨ, ਜਿੰਨੇ ਦਿਨ ਜ਼ਰੂਰਤ ਹੋਊਗੀ। ਮੈਂ ਰਿਣੀ ਹਾਂ ਏਕ ਨੂਰ, ਸਾਡੀ ਜਿਹੜੀ ਸੰਸਥਾ ਹੈਗੀ ਆ, ਮੈਂ ਵੀ ਮੈਂਬਰ ਹਾਂ, ਬਹੁਤ ਵੱਡੀ ਮਦਦ ਕਰ ਰਿਹਾ ਦਯਾਨੰਦ ਵਾਲੇ, ਦੀਪ ਹੋਸਪਿਟਲ ਵਾਲੇ, ਵੈਟਨਰੀ ਡਾਕਟਰ, ਬਹੁਤ ਸਾਰੇ ਲੁਧਿਆਣੇ ਦੇ ਹੋਸਪਿਟਲਸ, ਏਮਸ ਬੱਸੀ ਵਾਲਿਆਂ ਨੇ ਵੀ ਸਾਨੂੰ ਟੀਮਾਂ ਦਿੱਤੀਆਂ, ਬਹੁਤ ਸਾਰੇ ਲੁਧਿਆਣੇ ਦੇ ਪ੍ਰਾਈਵੇਟ ਹੋਸਪਿਟਲਸ ਇਸ ਯਾਤਰੇ ਵਿੱਚ ਮਾਨਵਤਾ ਦੀ ਸੇਵਾ ਵਾਸਤੇ ਆਪਣਾ ਯੋਗਦਾਨ ਪਾ ਰਹੇ ਹਨ। ਮੈਂ ਸਾਰਿਆਂ ਦਾ ਰਿਣੀ ਯਾਰ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਵੀ ਜਿਹੜਾ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ, ਜਿਹੜੇ ਪਰਿਵਾਰਾਂ ਦਾ ਇਹ ਨੁਕਸਾਨ ਹੋਇਆ, ਉਹਨਾਂ ਪਰਿਵਾਰਾਂ ਨੂੰ ਇਹ ਸ਼ਕਤੀ ਬਖਸ਼ਿਸ਼ ਕਰਨ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਆਪਣੇ ਆਪ ਨੂੰ ਇਹ ਵੱਡਾ ਦੁੱਖ ਸਹਿਣ ਕਰਨ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ।